ਬਿਸਮ ਅੱਲਾਹ ਰਹਿਮਾਨ ਰਹੀਮ। ਮੁਹੰਮਦ ਇਮਰਾਨ ਸਾਹਿਬ ਦਾ ਤਾਲੁਕ ਗੋਜਰਾ ਨਾਲ ਆ ਅਤੇ ਅੱਜ ਇਹਨਾਂ ਨਾਲ ਇਹਨਾਂ ਦੀ ਜ਼ਿੰਦਗੀ ਬਾਰੇ, ਇਹਨਾਂ ਦੀ ਤਾਲੀਮ ਬਾਰੇ ਗੁਫ਼ਤਗੂ ਕਰਦੇ ਹਾਂ। ਇਮਰਾਨ ਸਾਹਿਬ, ਤੁਹਾਡੀ ਤਾਰੀਖ ਪੈਦਾਇਸ਼ ਕੀ? 4 ਜਨਵਰੀ 1982। 4 ਜਨਵਰੀ 1982। ਹਾਂਜੀ, ਕਿਹੜੀ ਜਗ੍ਹਾ ਤੇ ਤੁਹਾਡੀ ਪੈਦਾਇਸ਼ ਹੋਈ? ਗੋਜਰਾ ਸਮੁੰਦਰੀ ਦੇ ਦਰਮਿਆਨ, ਗੋਜਰਾ ਤੋਂ 12 ਕਿਲੋਮੀਟਰ ਦੂਰ। ਗੋਜਰਾ ਤੋਂ 12 ਕਿਲੋਮੀਟਰ ਦੂਰ, ਹਾਂਜੀ, ਸਮੁੰਦਰੀ ਦੀ ਤਰਫ। ਹਾਂਜੀ, ਇਹਦੇ ਨਜ਼ਦੀਕ ਇੱਕ ਸ਼ੂਗਰ ਮਿਲ ਵੀ ਹੈ ਇਸ ਟਾਈਮ ਦੇ ਨਾਲ। ਹਾਂਜੀ, ਗੋਜਰਾ ਸਮੁੰਦਰੀ ਸ਼ੂਗਰ ਮਿਲ ਜਿਹਦਾ ਨਾਮ ਸੀ, ਅੱਜ ਕੱਲ੍ਹ ਪਹਿਲਾਂ ਹਾਂਜੀ ਗੋਰਮੇ ਆ ਗਏ। ਹਾਂਜੀ, ਅਤੇ ਵਾਲਾ ਸਾਹਿਬ ਦਾ ਕੀ ਨਾਮ ਹੈ? ਮੁਹੰਮਦ ਸਲੀਮ। ਹਾਂਜੀ, ਤੁਸੀਂ ਤਾਲੀਮ ਕਿੰਨੀ ਹਾਸਲ ਕੀਤੀ? ਮੈਂ MA BEd, MA ਪੋਲੀਟੀਕਲ ਸਾਇੰਸ ਔਰ ਨਾਲ BEd ਕੀਤਾ। BEd ਔਰ MA ਤੁਹਾਡਾ ਕਿਹੜੇ ਸਾਲ 'ਚ ਕੰਪਲੀਟ ਹੋਇਆ? MA ਮੇਰਾ 2010 'ਚ ਔਰ BEd 2012 ਦੇ ਵਿੱਚ ਹੋਇਆ। 2012 'ਚ ਅਤੇ ਉਸ ਤੋਂ ਬਾਅਦ ਤੁਸੀਂ ਸਰਵਿਸ ਵਾਸਤੇ ਅਪਲਾਈ ਕੀਤਾ, ਕਿਹੜੇ ਕਿਹੜੇ ਮਹਿਕਮਿਆਂ 'ਚ ਅਪਲਾਈ ਕੀਤਾ? ਮੈਂ ਮੁਖਤਲਿਫ ਮਹਿਕਮਿਆਂ 'ਚ ਅਪਲਾਈ ਕੀਤਾ, ਵਾਰਡਾਂ 'ਚ ਅਪਲਾਈ ਕੀਤਾ, ਟ੍ਰੈਫਿਕ ਵਾਰਡਨ ਲਈ ਅਪਲਾਈ ਕੀਤਾ, ਪੰਜਾਬ ਪੁਲਿਸ 'ਚ ਅਪਲਾਈ ਕੀਤਾ, ਕਾਫੀ ਦਫਾ ਟੀਚਿੰਗ ਦੀਆਂ ਭਰਤੀਆਂ 'ਚ, ਟੋਭੇ ਜ਼ਿਲ੍ਹਾ ਟੋਭਾ ਟੇਕ ਸਿੰਘ 'ਚ ਉੱਥੇ ਟੀਚਰ ਵਾਸਤੇ ਅਪਲਾਈ ਕੀਤਾ, ਲੇਕਿਨ ਮੈਰਿਟ ਨਹੀਂ ਉੱਧਰ ਬਣ ਸਕਿਆ, ਕੰਪੀਟੀਸ਼ਨ ਜ਼ਿਆਦਾ ਸੀਗਾ। ਅਤੇ ਤੁਸੀਂ ਫਿਰ ਓਵਰਏਜ ਹੋ ਗਏ? ਫਿਰ ਬਾਅਦ 'ਚ ਮੈਂ ਪ੍ਰਾਈਵੇਟ ਨੌਕਰੀ ਕਰਨ ਲੱਗ ਪਿਆ, ਪ੍ਰਾਈਵੇਟ ਪੜ੍ਹਾਉਣ ਲੱਗ ਪਿਆ ਇੱਕ ਜਗ੍ਹਾ, ਸੈਂਟ ਪੀਟਰ ਹਾਈ ਸਕੂਲ, ਉੱਥੇ 4 ਸਾਲ ਪੜ੍ਹਾਇਆ। ਫਿਰ ਉਸ ਤੋਂ ਬਾਅਦ ਮੈਂ ਲਾਹੌਰ ਚਲਾ ਗਿਆ, ਲਾਹੌਰ ਉੱਥੇ ਪ੍ਰਾਈਵੇਟ ਨੌਕਰੀ ਕੀਤੀ, ਉਹ ਕੁਛ 5 ਸਾਲ ਉੱਥੇ ਰਿਹਾ। ਫਿਰ ਉਹ ਉਸ ਤੋਂ ਬਾਅਦ ਵਾਪਸ ਆਇਆ, ਕਰੋਨਾ ਦੀ ਵਜ੍ਹਾ ਤੋਂ ਕੰਪਨੀ ਸੀਲ ਹੋ ਗਈ ਸੀ, ਫਿਰ ਓਵਰਏਜ ਹੋ ਗਿਆ, ਫਿਰ ਕੋਈ ਸਰਕਾਰੀ ਨੌਕਰੀ ਦਾ ਚਾਂਸ ਨਹੀਂ ਸੀ, ਇਸ ਵਜ੍ਹਾ ਤੋਂ ਫਿਰ ਪ੍ਰਾਈਵੇਟ ਨੌਕਰੀ ਅਲਾਮਾ ਇਕਬਾਲ ਸਾਇੰਸ ਕਾਲਜ 'ਚ ਕਰ ਰਿਹਾ। ਅੱਛਾ, ਇਸ ਟਾਈਮ ਤੁਸੀਂ ਪ੍ਰਾਈਵੇਟ ਸਰਵਿਸ ਕਰ ਰਹੇ ਹੋ? ਹਾਂਜੀ। ਅੱਛਾ, ਤੁਸੀਂ ਜਿਹੜੇ ਪਿੰਡ 'ਚ ਤੁਹਾਡੀ ਪੈਦਾਇਸ਼ ਹੋਈ, ਤਰਨ ਤਾਰਨ ਦੇ ਵਿੱਚ? ਹਾਂਜੀ। ਉਸ ਪਿੰਡ ਦੇ ਵਿੱਚ ਕੁਛ ਮਾਰੂਫ ਜਿਹੜੇ ਲੋਕ ਵੀ ਪੈਦਾ ਹੋਏ, ਜਿਨ੍ਹਾਂ ਦੇ ਵਿੱਚ ਇੱਕ ਇੰਡੀਆ ਦਾ ਬੜਾ ਫੇਮਸ ਅਦਾਕਾਰ? ਹਾਂਜੀ। ਉਹ ਕਿਹੜਾ ਅਦਾਕਾਰ? ਇੰਡੀਆ ਦਾ ਫੇਮਸ ਅਦਾਕਾਰ ਪ੍ਰਿਥਵੀ ਰਾਜ ਕਪੂਰ 1906 'ਚ ਤਰਨ ਤਾਰਨ ਪੈਦਾ ਹੋਇਆ। ਉਹਦਾ ਵਾਲਦ ਥਾਣੇਦਾਰ ਸੀ, ਥਾਣੇਦਾਰ ਨੂੰ ਰਿਹਾਇਸ਼ਗਾਹ ਮਿਲੀ ਜਾਂਦੀ ਸੀ ਪਿੰਡ ਦੇ ਵਿੱਚ ਥਾਣੇਦਾਰ ਦੇ ਹਾਤੇ, ਅਤੇ ਉੱਥੇ ਪ੍ਰਿਥਵੀ ਰਾਜ ਕਪੂਰ ਦੀ 1906 ਦੀ ਪੈਦਾਇਸ਼ ਆ। ਫਿਰ ਬਾਅਦ 'ਚ ਚਲੇ ਗਏ ਉੱਥੇ ਪਿਸ਼ਾਵਰ, ਪਿਸ਼ਾਵਰ 'ਚ ਰਾਜ ਕਪੂਰ ਦੀ 1924 ਦੀ ਪੈਦਾਇਸ਼ ਆ। ਉਹ ਫਿਲਮੀ ਦੁਨੀਆ ਦਾ ਸੁਪਰਸਟਾਰ ਹੋਇਆ। ਅਤੇ ਇਹ ਬੜੀ ਬਾਤ ਆ ਕਿ ਇੰਡੀਆ ਦੇ ਵਿੱਚ ਉਹ ਇੰਨਾ ਫੇਮਸ ਹੋਇਆ। ਹਾਂਜੀ, ਉਹਦੀ ਪੈਦਾਇਸ਼ ਜਿਹੜੀ ਆ, ਹਾਂਜੀ, ਗੋਜਰਾ ਸੂਜੀ ਦੇ ਦਰਮਿਆਨ ਦੇ ਵਿੱਚ ਵਾਕਿਆ। ਹਾਂਜੀ, ਬੜਾ ਮਾਰੂਫ ਖਾਨਦਾਨ ਆ, ਹਾਂਜੀ, ਇਹਨਾਂ ਦੀਆਂ 3 ਪੁਸ਼ਤਾਂ ਨੇ ਫਿਲਮੀ ਦੁਨੀਆ 'ਤੇ ਰਾਜ ਕੀਤਾ।
ਰਾਜ ਕਪੂਰ, ਸ਼ਸ਼ੀ ਕਪੂਰ, ਸ਼ਮੀ ਕਪੂਰ, ਫਿਰ ਉਹਨਾਂ ਤੋਂ ਬਾਅਦ ਰਸ਼ੀ ਕਪੂਰ, ਰਣਧੀਰ ਕਪੂਰ, ਰਾਜੇਵ ਕਪੂਰ, ਫਿਰ ਬਾਅਦ 'ਚ ਕ੍ਰਿਸ਼ਮਾ ਕਪੂਰ, ਕਰੀਨਾ ਕਪੂਰ, ਰਣਵੀਰ ਕਪੂਰ, ਇਹ ਯਾਨੀ ਕਿ ਸਾਰੀ ਕਪੂਰ ਫੈਮਿਲੀ ਦਾ ਬੜਾ ਭਾਰਤੀ ਫਿਲਮ ਇੰਡਸਟਰੀ ਦਾ ਰਾਜ ਰਿਹਾ ਵਾ। ਅੱਛਾ, ਇਸ ਤੋਂ ਇਲਾਵਾ ਇੱਕ ਸਾਡੇ 1990, 1991, 1992, 1993 ਦੇ ਵਿੱਚ ਇੱਕ ਨਿਊਜ਼ ਕਾਸਟਰ ਪੀ ਟੀ ਵੀ 'ਤੇ ਸੀ, ਜਦੋਂ ਕਿ ਇਕੱਲਾ ਪੀ ਟੀ ਵੀ ਹੁੰਦਾ ਸੀ, ਹੋਰ ਦੀਗਰ ਕੋਈ ਚੈਨਲ ਨਹੀਂ ਸੀ, ਅਤੇ ਨਿਊਜ਼ ਕਾਸਟਰ ਕੀ ਨਾਮ ਸੀ ਉਹਨਾਂ ਦਾ, ਜਿਹੜੀ ਇਸੇ ਪਿੰਡ ਦੇ ਲਾਲ ਬਨੋ ਬਹੂ ਸੀ, ਨੌਂ ਸੀ ਇਸ ਪਿੰਡ। ਹਾਂਜੀ, ਇਸ ਪਿੰਡ ਦੇ ਨੌਂ ਸੀ, ਹੁਰਮਤ ਬੀਬੀ ਇੱਕ ਹੈ ਸੀ ਆਪਣਾ, ਉਹਦੀ ਉਹ ਨੌਂ ਸੀ, ਇਸ਼ਰਤ ਫਾਤਮਾ ਨਿਊਜ਼ ਕਾਸਟਰ ਰਹੀ ਹੈ। ਬਹੁਤ ਫੇਮਸ ਨਿਊਜ਼ ਕਾਸਟਰ ਰਹਿ ਚੁੱਕੀ ਹੈ। ਹਾਂਜੀ 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 ਬਹੁਤ ਸੀ ਉਹ। ਇਸ ਤੋਂ ਇਲਾਵਾ ਫਿਰ ਤੁਸੀਂ ਫਿਲਮੀ ਦੁਨੀਆ ਨਾਲ ਤੁਹਾਡੀ ਬੜੀ ਅਟੈਚਮੈਂਟ ਆ, ਤੁਹਾਨੂੰ ਬੜੀ ਫਿਲਮੀ ਦੁਨੀਆ ਦੇ ਬਾਰੇ ਵਿੱਚ ਮਾਲੂਮਾਤ ਆ। ਹਾਂਜੀ, ਇੰਡੀਆ ਔਰ ਪਾਕਿਸਤਾਨ ਦੀ। ਹਾਂਜੀ, ਇਹ ਤੁਸੀਂ ਇੰਨੀ ਮਾਲੂਮਾਤ ਕਿਸ ਤਰ੍ਹਾਂ ਇਕੱਠੀ ਕੀਤੀ ਆ ਤੁਹਾਡੇ ਆਪ ਦੇ ਵਿੱਚ? ਇਹ ਤੁਸੀਂ ਰਸਾਲੇ ਪੜ੍ਹਦੇ ਸੀ ਜਾਂ ਤੁਸੀਂ VCR ਦੇਖਦੇ ਸੀ ਜਾਂ TV ਸੀ ਜਾਂ ਅਖਬਾਰ, ਇਹ ਤੁਹਾਨੂੰ ਇਹ ਦਿਲਚਸਪੀ ਕਿਸ ਤਰ੍ਹਾਂ ਪੈਦਾ? ਇਹ ਦਿਲਚਸਪੀ ਇਸ ਤਰ੍ਹਾਂ ਹੋਈ ਵੀ ਉਹ ਵਾਲ ਸਾਹਿਬ ਪੁਰਾਣੀਆਂ ਫਿਲਮਾਂ ਵੇਖਦੇ ਹੁੰਦੇ ਸੀਗੇ, ਅਤੇ ਉਹ ਪੁਰਾਣੇ ਉਹ ਰਸਾਲੇ ਪੜ੍ਹਦੇ ਸੀ ਉਹਨਾਂ ਦੇ, ਇਹਨਾਂ ਦੇ ਬਾਰੇ ਆਪਣਾ ਉਹਨਾਂ ਦੇ ਇੱਕ ਯਾਰ ਦੋਸਤ ਸੀ, ਉਹ ਬਹਿ ਕੇ ਗੱਲਾਂ ਬਾਤਾਂ ਕਰਦੇ ਰਹਿੰਦੇ ਹੁੰਦੇ ਸੀ ਪੁਰਾਣੀਆਂ ਫਿਲਮਾਂ ਦੇ ਮੁਤਲਕ। ਉਹ ਫਿਰ ਉਹਨਾਂ ਦੇ ਲਾਗੇ ਕਿਤੇ ਆਉਂਦੇ ਜਾਂਦੇ ਉਹ ਇੱਦਾਂ ਦਿਲਚਸਪੀ ਪੈਦਾ ਹੋ ਗਈ, ਅਤੇ ਫਿਰ ਪੁਰਾਣੀਆਂ ਫਿਲਮਾਂ ਵੇਖਣੀਆਂ ਵੀ ਸ਼ੁਰੂ ਕੀਤੀਆਂ। ਉਹਨਾਂ ਦੀ ਸਟੋਰੀ ਚੰਗੀ ਹੁੰਦੀ ਸੀ, ਗਾਣੇ ਉਹਨਾਂ ਦੇ ਬੜੇ ਮਸ਼ਹੂਰ ਹੁੰਦੇ ਸੀ, ਫਿਰ ਇਹਨਾਂ ਚੀਜ਼ਾਂ ਵੱਲ ਇੰਟਰਸਟ ਜਿਹਾ ਹੋ ਗਿਆ। ਗੇਮ ਮੈਂ ਕਰਦਾ ਕੋਈ ਨਹੀਂ ਸੀ ਹੁੰਦਾ, ਅਤੇ ਇਸ ਵਜ੍ਹਾ ਤੋਂ ਇੱਧਰ ਹੀ ਦਿਲਚਸਪੀ ਸੀ ਉਦੋਂ, ਅਤੇ ਆਪਣਾ ਉਹ ਬੜੀਆਂ ਅੱਛੀਆਂ ਫਿਲਮਾਂ ਹੁੰਦੀਆਂ ਸੀਗੀਆਂ ਪੁਰਾਣੀਆਂ ਫਿਲਮਾਂ, ਜਿਹੜੀਆਂ ਅੱਜ ਕੱਲ੍ਹ ਦੇ ਦੌਰ ਦੇ ਮੁਤਾਬਕ ਨਹੀਂ ਉਹ, ਲੇਕਿਨ ਉਹ ਉਹਨਾਂ ਦੀ ਜਿਹੜੀ ਹੈਗੀ ਸੀਗੀ ਇੱਕ ਘਰੇਲੂ ਸਟੋਰੀ ਹੁੰਦੀ ਸੀ, ਜਿਹੜਾ ਫੈਮਿਲੀ 'ਚ ਵੀ ਬਹਿ ਕੇ ਬੰਦਾ ਵੇਖ ਲੈਂਦਾ ਹੁੰਦਾ ਸੀਗਾ। ਹਾਂਜੀ, ਗਾਣੇ ਵੀ ਉਹਨਾਂ ਦੇ ਚੰਗੇ ਹੁੰਦੇ ਸੀ, ਬਸ ਉਹ ਫਿਰ ਇਸ ਵਜ੍ਹਾ ਤੋਂ ਇਹਨਾਂ ਵਾਲੇ ਪਾਸੇ ਦਿਲਚਸਪੀ ਕਾਫੀ ਸੀਗੀ। ਉਸ ਦੌਰ ਦੀਆਂ ਬਣਨ ਵਾਲੀਆਂ ਫਿਲਮਾਂ 'ਚ ਹਰ ਸ਼ਖਸ ਇਹੋ ਹੀ ਮਹਿਸੂਸ ਕਰਦਾ ਸੀ ਜਿਸ ਤਰ੍ਹਾਂ ਇਹ ਸਟੋਰੀ ਮੇਰੇ 'ਤੇ ਚੱਲ ਰਹੀ ਹੈ। ਹਾਂਜੀ ਹਾਂਜੀ ਹਾਂਜੀ। ਉਹ ਪਾਕਿਸਤਾਨ ਦੀਆਂ ਫਿਲਮਾਂ ਤੁਸੀਂ ਜ਼ਿਆਦਾ ਵੇਖੀਆਂ ਜਾਂ ਇੰਡੀਆ? ਇੰਡੀਆ ਦੀਆਂ ਵੇਖੀਆਂ ਬਹੁਤ ਜ਼ਿਆਦਾ, ਪਾਕਿਸਤਾਨੀ ਵੀ ਵੇਖੀਆਂ, ਪਾਕਿਸਤਾਨੀ ਉਰਦੂ ਫਿਲਮਾਂ ਬਹੁਤ ਜ਼ਿਆਦਾ ਵੇਖੀਆਂ, ਇੰਡੀਆ ਦੀਆਂ ਵੀ ਕਾਫੀ ਫਿਲਮਾਂ ਦੇਖੀਆਂ। ਅੱਛਾ, ਪਾਕਿਸਤਾਨ ਦੇ ਕਿਹੜੇ ਕਿਹੜੇ ਅਦਾਕਾਰ ਤਾਂ ਪਸੰਦ? ਪਾਕਿਸਤਾਨ ਦੇ ਜਿਹੜੇ ਅਦਾਕਾਰ ਵਾ ਉਹ 1960 ਅਤੇ 50 ਦੀ ਦਹਾਈ ਦੇ ਇੰਡੀਆ ਦੇ ਵੀ, ਅਤੇ ਪਾਕਿਸਤਾਨ ਦੇ 1970 ਦੀ ਦਹਾਈ ਦੇ ਵੀ, ਇਹ ਸਾਰੇ ਮੈਨੂੰ ਬਹੁਤ ਪਸੰਦ ਵਾ। ਉਸ ਦੌਰ 'ਚ ਜਿਹੜੇ ਪਾਕਿਸਤਾਨੀ ਅਦਾਕਾਰ ਸੀਗੇ ਉਹ ਹੈ ਸੀਗੇ ਮੁਹੰਮਦ ਅਲੀ, ਵੀਰ ਮੁਰਾਦ, ਨਦੀਮ, ਅਤੇ ਉੱਧਰ ਵੀ ਕਾਫੀ ਅਦਾਕਾਰ ਸੀ ਜਿਹੜੇ 60 ਤੋਂ 70 ਦੀ ਦਹਾਈ ਦੇ ਸੀਗੇ। ਇੰਡੀਆ ਦੇ ਕਿਹੜੇ ਕਿਹੜੇ ਅਦਾਕਾਰ ਸਨ? ਉਹ ਹੈਗੇ ਸੀਗੇ ਦਲੀਪ ਕੁਮਾਰ, ਦੇਵਾਨੰਦ, ਰਾਜ ਕਪੂਰ, ਰਜਿੰਦਰ ਕੁਮਾਰ, ਸ਼ਮੀ ਕਪੂਰ, ਸ਼ਸ਼ੀ ਕਪੂਰ, ਧਰਮਿੰਦਰ, ਜਤਿੰਦਰ, ਇਹ ਸਾਰੇ ਅਦਾਕਾਰ ਜਿਹੜੇ ਆਪਣਾ ਬਹੁਤ ਉਸ ਟਾਈਮ ਹੈ ਸੀਗੇ ਮਕਬੂਲ ਅਦਾਕਾਰ ਸੀ। ਰਜੇਸ਼ ਖੰਨਾ ਸੀ, ਬਾਅਦ 'ਚ ਅਮਿਤਾਭ ਬੱਚਨ ਦਾ ਦੌਰ ਸ਼ੁਰੂ ਹੋ ਗਿਆ 70 ਦੀ ਦਹਾਈ ਦੇ ਵਿੱਚ,
ਤੇ ਹੁਣ ਤੁਸੀਂ ਪਾਕਿਸਤਾਨ ਦੇ ਫਿਲਮ ਇੰਡਸਟਰੀ ਤੇ ਤਕਰੀਬਨ ਖਤਮ ਹੋ ਚੁੱਕੀ ਹੈ ਹੁਣ ਇੰਡੀਆ ਦਾ ਸਰਕਲ ਚੁੱਕੇ ਬਹੁਤ ਬੜਾ ਹੋ ਰਿਹਾ ਫਿਲਮ ਇੰਡਸਟਰੀ ਦੇ ਵਿੱਚ ਹਾਂ ਜੀ ਤੌਰ ਤੇ ਤਾਕਤਵਰ ਤੇ ਉੱਥੇ ਤੇ ਫਿਲਮਾਂ ਬਣ ਰਹੀਆਂ ਨੇ ਕੁਝ ਤਾਮਿਲ ਬਣ ਰਹੀਆਂ ਨੇ ਕੁਝ ਤੇਲਗ ਬਣ ਰਹੀਆਂ ਨੇ ਹਾਂ ਜੀ ਉਹ ਤਕਰੀਬਨ ਚੱਲ ਰਿਹਾ ਸਿਲਸਿਲਾ ਉਹਨਾਂ ਦਾ ਫਿਲਮੀ ਦੁਨੀਆ ਪਾਕਿਸਤਾਨ ਦੀ ਤਾਂ ਖਤਮ ਹੋ ਗਈ ਹੈ, ਇੰਡੀਆ ਦੀ ਵੀ ਫਿਲਮੀ ਦੁਨੀਆ ਹੁਣ ਬਸ ਇਸ ਤਰ੍ਹਾਂ ਹੀ ਆ। ਹੁਣ ਅੱਜ ਕੱਲ੍ਹ ਜਿਹੜਾ ਲੋਕਾਂ ਕੋਲ, ਬੱਚਿਆਂ ਕੋਲ, ਸਟੂਡੈਂਟ, ਉਹਨਾਂ ਕੋਲ ਇੰਨਾ ਟਾਈਮ ਨਹੀਂ ਵੀ 2 ਘੰਟੇ ਦੀ ਫਿਲਮ ਦੇਖ ਸਕਣ। ਉਹ ਜ਼ਿਆਦਾ ਆਪਣੇ ਆਪ ਨੂੰ ਉਹਨਾਂ ਨੇ ਇੱਧਰਲੇ ਪਾਸੇ ਲਾ ਲਿਆ, ਫੇਸਬੁੱਕ 'ਤੇ ਕਲਿੱਪ 2 ਮਿੰਟ ਦੇ, 1 ਮਿੰਟ ਦੇ ਇੱਧਰਲੇ ਪਾਸੇ। ਆਵਾਮ ਕੋਲ ਇੰਨਾ ਟਾਈਮ ਹੀ ਨਹੀਂ ਹੈਗਾ। ਇਹ ਤਾਂ ਪਹਿਲਾਂ ਦੌਰ ਸੀਗਾ, ਉਦੋਂ ਲੋਕ ਇਹੋ ਜਿਹੀਆਂ ਚੀਜ਼ਾਂ, ਵਕਤ ਦੇ ਨਾਲ ਟੈਕਨੋਲੋਜੀ ਦੇ ਨਾਲ ਨਾਲ ਉਹ ਫਿਰ ਹਰ ਚੀਜ਼ ਬਦਲ ਗਈ। ਮੇਰੇ 3 ਬੇਟੇ ਆ, 1 ਬੇਟੀ ਹੈ। 2012 'ਚ ਹੋਈ। ਬਸ ਅੱਲਾਹ ਤਾਲਾ ਦੀ ਜ਼ਾਤ ਆ ਜਿਹੜਾ ਗੁਜ਼ਾਰਾ ਕਰਾ ਰਹੀ ਹੈ ਬੰਦਾ, ਤੇ ਆਪਣਾ ਕੁਛ ਵੀ ਨਹੀਂ, ਇਹ ਅੱਲਾਹ ਤਾਲਾ ਹੀ ਆ ਜਿਹੜਾ ਆਪਣਾ ਗੁਜ਼ਰ ਗੁਜ਼ਾਰਾ ਸਰਗੜ ਚਲਾਈ ਜਾ ਸਰ ਸਿਲਸਿਲਾ ਚੱਲ ਰਿਹਾ ਉਹਦੀ। ਬੱਚੇ 3rd ਕਲਾਸ 'ਚ ਨੇ ਵੱਡੇ, 1 ਬੇਟੀ ਅਤੇ 1 ਬੇਟਾ, ਅਤੇ ਛੋਟਾ 1 ਬੇਟਾ ਵਾ ਉਹ 1 ਕਲਾਸ 'ਚ ਹੈ। ਛੋਟੇ ਆ ਬੱਚੇ। ਬਹੁਤ ਸ਼ੁਕਰੀਆ ਤੁਸੀਂ ਤਸ਼ਰੀਫ ਲਿਆਏ। ਹਾਂਜੀ, ਮੁਖਤਸਰ ਸਵਾਲਾਂ ਦੇ ਮੁਖਤਸਰ ਜਵਾਬ ਜਿਹੜੇ ਆ ਤੁਹਾਡੇ ਕੋਲ ਆਏ, ਔਰ ਬੜਾ ਮਜ਼ਾ ਆਇਆ। ਇਸ ਤੋਂ ਬਾਅਦ ਫਿਰ ਸੇ ਇਨਸ਼ਾਅੱਲਾ ਅੱਲਾਹ ਖੈਰ ਕਰੇ, ਔਰ ਮੈਨੂੰ ਬੜੀ ਖੁਸ਼ੀ ਹੋਈ ਤੁਹਾਨੂੰ ਆਪਣਾ ਤੁਹਾਡੇ ਨਾਲ ਗੱਲਬਾਤ ਦਾ ਮੌਕਾ ਮਿਲਿਆ। ਬਹੁਤ ਸ਼ੁਕਰੀਆ।